ਅੱਜ ਸੀਐਮ ਆਫਿਸ ਦੇ ਵਿੱਚ ਸੈਕਟਰੀਏਟ ਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ, ਸਾਰੇ ਮਹਿਕਮਿਆਂ ਦੇ ਸੈਕਟਰੀ ਅਤੇ ਜਿੰਨੇ ਵੀ ਵੱਡੇ ਵੱਡੇ ਅਫਸਰ ਨੇ ਸਾਰਿਆਂ ਨੂੰ ਬੁਲਾਇਆ ਗਿਆ, ਕਿਉਂਕਿ ਇਲੈਕਸ਼ਨ ਕੋਡ 3 ਮਹੀਨੇ ਤੋਂ ਜ਼ਿਆਦਾ ਹੋ ਗਿਆ ਲੱਗੇ ਵੀ। 16 ਮਾਰਚ ਨੂੰ ਇਲੈਕਸ਼ਨ ਕੋਡ ਲੱਗਿਆ ਸੀ, ਜਦੋਂ ਦੇਸ਼ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਡਿਕਲੇਅਰ ਹੋਈ ਸੀ। ਅਪ੍ਰੈਲ, ਮਈ, ਜੂਨ 3 ਮਹੀਨਿਆਂ ਤੋਂ ਉੱਪਰ ਹੋ ਗਿਆ ਜਦੋਂ ਦਾ ਇਲੈਕਸ਼ਨ ਕੋਡ ਲੱਗਿਆ, ਤਾਂ ਉਹਦੇ ਨਾਲ ਸਾਰੇ ਕੰਮ ਰੁਕ ਜਾਂਦੇ ਆ, ਵਿਕਾਸ ਦੇ ਸਾਰੇ ਕੰਮ ਰੁਕ ਜਾਂਦੇ ਆ। ਸੋ ਅੱਜ ਸਾਰੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਗਿਆ ਕਿ ਜਿੰਨੇ ਵੀ ਪੈਂਡਿੰਗ ਕੰਮ ਸੀ, ਜੋ ਕਿ ਆਮ ਆਦਮੀ ਪਾਰਟੀ ਦਾ, ਸਾਡੀ ਸਰਕਾਰ ਦਾ ਵਾਅਦਾ ਸੀ, ਜਿਹਦੇ 'ਚ ਭਾਵੇਂ ਉਹ ਡੋਰ ਟੂ ਡੋਰ ਕਣਕ ਦੀ ਡਿਲੀਵਰੀ ਹੋਵੇ, ਭਾਵੇਂ ਉਹ ਨੌਕਰੀਆਂ ਦੇਣ ਦਾ ਸਿਲਸਿਲਾ ਹੋਵੇ, ਭਾਵੇਂ ਉਹ ਸ਼ਹੀਦ ਫੌਜੀ ਜਵਾਨਾਂ ਨੂੰ ਜੋ ਡਿਊਟੀ ਦੌਰਾਨ ਸ਼ਹੀਦ ਹੋਏ ਉਹਨਾਂ ਨੂੰ ਮਾਨ ਸਨਮਾਨ, ਉਹਨਾਂ ਦੇ ਆਰਥਿਕ ਸਹਾਇਤਾ ਦਾ ਮਾਮਲਾ ਹੋਵੇ, ਤਾਂ ਸਾਰੇ ਕੰਮ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਦੁਬਾਰਾ ਸ਼ੁਰੂ ਕਰਕੇ ਅਤੇ ਉਹਨਾਂ ਨੂੰ ਨੇਪਰੇ ਚਾੜਨ ਲਈ ਸਖ਼ਤ ਹੁਕਮ ਦਿੱਤੇ ਗਏ ਨੇ, ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਨੇ। ਇੱਕ ਮੈਨੂੰ ਹੋਰ ਬਹੁਤ ਵਧੀਆ ਮੌਕਾ ਇਸ ਕਰਕੇ ਮਿਲ ਗਿਆ ਕਿ ਮੈਂ ਪੂਰੇ 3 ਮਹੀਨੇ ਪੰਜਾਬ ਦੇ ਪਿੰਡਾਂ 'ਚ, ਚਾਹੇ ਉਹ ਰੋਡ ਸ਼ੋਅ ਰਾਹੀਂ, ਚਾਹੇ ਉਹ ਕਿਸੇ ਛੋਟੀ ਮੋਟੀ ਰੈਲੀ ਰਾਹੀਂ ਜਾਂ ਵਲੰਟੀਅਰਾਂ ਦੀ ਮੀਟਿੰਗਾਂ ਰਾਹੀਂ, ਤਾਂ ਲੋਕਾਂ ਵੱਲੋਂ ਜੋ ਵੀ ਛੋਟੇ ਛੋਟੇ ਸੁਝਾਅ, ਛੋਟੇ ਛੋਟੇ ਸ਼ਿਕਵੇ ਜਾਂ ਸ਼ਿਕਾਇਤਾਂ ਸੀ, ਉਹ ਵੀ ਮੈਂ ਐਡ ਕਰਤੀ ਹਾਂ। ਕਿਸੇ ਵੀ ਦਫ਼ਤਰ ਦੇ ਵਿੱਚ, ਜੋ ਕਿ ਸਾਡਾ ਵਾਅਦਾ ਹੈ, ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਿੱਲੀ 'ਚ ਵੀ ਪੰਜਾਬ 'ਚ ਵੀ ਇਹ ਸਾਡਾ ਵਾਅਦਾ ਹੈ, ਸਾਡੀ ਗਰੰਟੀ ਹੈ ਇਹ ਕਿ ਅਸੀਂ ਤਹਿਸੀਲਾਂ 'ਚ, ਅਸੀਂ ਪਟਵਾਰੀ ਦਫ਼ਤਰਾਂ 'ਚ, ਅਸੀਂ ਬੀਡੀਓ ਦਫ਼ਤਰਾਂ 'ਚ, ਅਸੀਂ ਡੀਸੀ ਦਫ਼ਤਰਾਂ 'ਚ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦੇਵਾਂਗੇ। ਸੋ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਨੇ, ਕੋਈ ਖੱਜਲ ਖੁਆਰੀ ਨਹੀਂ ਹੋਣੀ ਚਾਹੀਦੀ ਉੱਥੇ। ਔਰ ਕਰਪਸ਼ਨ, ਕੁਛ ਕੁਛ ਜਗ੍ਹਾ ਤੋਂ ਸ਼ਿਕਾਇਤਾਂ ਮਿਲੀਆਂ ਨੇ ਕਿ ਥੱਲੜੇ ਲੈਵਲ 'ਤੇ ਕਰਪਸ਼ਨ ਚੱਲ ਰਹੀ ਹੈ, ਤਾਂ ਇਹ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਮੇਰੇ ਵੱਲੋਂ ਬਤੌਰ ਮੁੱਖ ਮੰਤਰੀ ਕਿ ਜੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕੋਈ ਅਫਸਰ ਕਿਸੇ ਵੀ ਕੰਮ ਦੇ ਪੈਸੇ ਮੰਗਦਾ, ਕਮਿਸ਼ਨ ਮੰਗਦਾ ਜਾਂ ਕੋਈ ਗੈਰ ਕਾਨੂੰਨੀ ਕੰਮ ਕਰਦਾ, ਤਾਂ ਉਹਦਾ ਜ਼ਿੰਮੇਵਾਰ ਜਿਹੜਾ ਡੀਸੀ ਨੂੰ ਮੰਨਿਆ ਜਾਊਗਾ ਅਤੇ ਐਸਐਸਪੀ ਨੂੰ ਮੰਨਿਆ ਜਾਊਗਾ, ਅਤੇ ਉਸ ਆਧਾਰ 'ਤੇ ਫਿਰ ਕਾਰਵਾਈ ਹੋਊਗੀ। ਕਿਉਂਕਿ ਇਸ ਕੰਮ ਵਾਸਤੇ ਅਸੀਂ ਐਂਟੀ ਕਰਪਸ਼ਨ ਹੈਲਪ ਸੈਂਟਰ ਵੀ ਖੋਲ੍ਹਿਆ ਹੋਇਆ, ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ, ਪੁਲਿਸ ਵਾਲੇ ਫੜੇ 2 ਜਿਹੜੇ ਸਰਕਾਰੀ ਨੌਕਰੀ ਪੁਲਿਸ ਦੇ ਵਿੱਚ ਹੀ ਦਰਜਾ 4 ਸਰਕਾਰੀ ਨੌਕਰੀ ਦਵਾਉਣ ਦੇ ਬਦਲੇ 25,000 ਰੁਪਏ ਇੱਕ ਬੰਦੇ ਤੋਂ ਲੈਂਦੇ ਸੀ, 102 ਬੰਦਿਆਂ ਤੋਂ ਪੈਸੇ ਲਏ, 26 ਲੱਖ ਰੁਪਈਏ ਤੋਂ ਵੱਧ ਉਹਨਾਂ ਤੋਂ 26,02,926 ਰੁਪਈਏ ਉਹਨਾਂ ਨੇ ਅਕਾਊਂਟਾਂ ਜਿਹੜੇ ਜਮ੍ਹਾਂ ਕਰਾਏ ਉਹ ਬਰਾਮਦ ਹੋਏ। ਇੱਕ ਵਾਰੀ ਫਿਰ ਮੈਂ ਤੁਹਾਡੇ ਜ਼ਰੀਏ ਪੰਜਾਬ ਦੇ
3.5 crore ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ, ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ, ਬਲਕਿ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 9501200200 ਇਸ ਨੰਬਰ 'ਤੇ ਫੋਨ ਕਰਕੇ ਦੱਸ ਦਿਓ, ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਅਤੇ ਬਾਕੀ ਕੰਮ ਸਾਡਾ, ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ 43,000 ਨੌਕਰੀਆਂ ਦੇਤੀਆਂ ਹੁਣ ਤੱਕ, ਇਹ ਹੋ ਨਹੀਂ ਸਕਦਾ ਕਿ 1 ਰੁਪਈਆ ਵੀ ਰਿਸ਼ਵਤ ਲੈ ਕੇ ਰੱਖਿਆ ਹੋਵੇ ਕੋਈ ਬੰਦਾ ਜਾਂ ਕੋਈ ਸਿਫਾਰਿਸ਼ ਲੱਗੀ ਹੋਵੇ। ਸੋ ਇਸ ਕਰਕੇ ਜੇ ਕੋਈ ਪੰਜਾਬ ਦੇ ਵਿੱਚ ਪੈਸੇ ਮੰਗਦਾ ਤਾਂ ਕਿਰਪਾ ਕਰਕੇ ਇਹਦੇ 'ਚ ਸਾਡਾ ਸਹਿਯੋਗ ਦਿਓ ਕਿ ਇੱਦਾਂ ਹੋ ਨਹੀਂ ਸਕਦਾ, ਕਿਉਂਕਿ ਇਹ ਸਾਡੀ ਗਰੰਟੀ ਹੈ ਰਿਸ਼ਵਤ ਨੂੰ ਖਤਮ ਕਰਨਾ ਅਤੇ ਲੋਕਾਂ ਨੂੰ ਰੋਜ਼ਗਾਰ ਦੇਣਾ। ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਹੋਰ ਸਰਕਾਰੀ ਨੌਕਰੀਆਂ ਮਿਲਣਗੀਆਂ। ਮੈਂ ਪੰਜਾਬ ਦੇ ਨੌਜਵਾਨਾਂ ਨੂੰ, ਮੁੰਡੇ ਕੁੜੀਆਂ ਨੂੰ ਵੀ ਕਹਿਣਾ ਕਿ ਪੜ੍ਹੋ, ਪੇਪਰ ਦਿਓ, ਮੈਰਿਟ 'ਚ ਆਓ, ਵੱਡੀਆਂ ਵੱਡੀਆਂ ਕੁਰਸੀਆਂ, ਵੱਡੇ ਵੱਡੇ ਅਹੁਦੇ ਜਿਹੜੇ ਨੇ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਦੋ ਗੱਲਾਂ ਅੱਜ ਮੈਂ ਹੋਰ ਜੋ ਐਡ ਕੀਤੀਆਂ ਨੇ ਜਿਹੜੀਆਂ ਅਸੀਂ ਹੁਣ, ਕਿਉਂਕਿ ਹਰ ਰੋਜ਼ ਸਿੱਖਣ ਦਾ ਮੌਕਾ ਮਿਲਦਾ, ਲੋਕਾਂ 'ਚ ਜਾ ਕੇ ਆਏ ਵੀ ਲੋਕਾਂ 'ਚੋਂ ਹੀ ਹਾਂ, ਰਹਿੰਦੇ ਵੀ ਲੋਕਾਂ 'ਚ ਹੀ ਹਾਂ, ਤਾਂ ਕਈ ਵਾਰੀ ਕੋਈ ਪ੍ਰੋਟੋਕੋਲ ਲੈਵਲ 'ਤੇ ਭਾਵੇਂ ਕੋਈ ਇਸ ਤਰ੍ਹਾਂ ਹੋ ਜਾਵੇ, ਨਹੀਂ ਤਾਂ ਮੈਂ ਕਿਸੇ ਨਾ ਕਿਸੇ ਲੈਵਲ 'ਤੇ ਲੋਕਾਂ ਨਾਲ ਇਨ ਟੱਚ ਰਹਿੰਦਾ ਹੀ ਹਾਂ, ਚਾਹੇ ਯਾਰਾਂ ਦੋਸਤਾਂ ਦੇ ਥਰੂ ਹੋਵਾਂ, ਚਾਹੇ ਪਰਿਵਾਰ ਦੇ ਥਰੂ ਹੋਈਏ। ਹਰ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲ੍ਹਿਆ ਜਾਊਗਾ। ਹਰ ਜ਼ਿਲ੍ਹੇ 'ਚ DC ਦਫ਼ਤਰ ਦੇ ਵਿੱਚ ਇੱਕ CM ਵਿੰਡੋ, ਚਾਹੇ ਮੁੱਖ ਮੰਤਰੀ ਸਹਾਇਤਾ ਕੇਂਦਰ ਕਹਿ ਲਓ ਇਹਨੂੰ, ਉਹ ਖੋਲ੍ਹਿਆ ਜਾਊਗਾ। ਉੱਥੇ ਅਫਸਰ ਬੈਠਣਗੇ, ਉੱਥੇ MLA ਸਾਹਿਬਾਨ ਵੀ ਜਦੋਂ ਮਰਜ਼ੀ ਕੰਮ ਲੈ ਕੇ ਆ ਸਕਦੇ ਨੇ ਸਾਰੇ, ਉੱਥੇ ਕੋਈ ਵਲੰਟੀਅਰ ਸਾਡੀ ਪਾਰਟੀ ਦਾ ਕੰਮ ਲੈ ਕੇ ਆ ਸਕਦਾ ਉੱਥੇ, ਅਤੇ ਉਹ ਜਿੰਨਾ ਵੀ ਉੱਥੇ, ਜੇ ਤਾਂ ਉਹ ਕੰਮ ਜ਼ਿਲ੍ਹੇ ਲੈਵਲ ਦਾ ਹੀ ਹੈ ਤਾਂ ਇਮੀਡੀਏਟਲੀ ਉਸੇ ਵੇਲੇ ਉਸ ਕੰਮ ਨੂੰ DC ਜਾਂ ਜਿਹੜੇ ਵੀ ਅਫਸਰ ਨਾਲ ਸੰਬੰਧਿਤ ਹੈ ਉੱਥੇ ਟ੍ਰਾਂਸਫਰ ਕਰ ਦਿੱਤਾ ਜਾਊਗਾ, ਵੀ ਤੂੰ ਉੱਥੇ ਚਲਾ ਜਾ ਭਾਈ, ਤੇਰਾ ਕੰਮ ਇੱਥੋਂ ਹੀ ਹੋ ਜਾਊਗਾ। ਜੇ ਉਹ ਮਿਨਿਸਟਰੀ ਲੈਵਲ ਦਾ ਕੰਮ ਹੈ ਤਾਂ ਸ਼ਾਮ ਤੱਕ ਮੇਰੇ ਕੋਲ ਸਾਰਾ ਕੁਝ ਹਰੇਕ ਜ਼ਿਲ੍ਹੇ ਤੋਂ ਉਹ ਸਕੈਨ ਹੋ ਕੇ ਆਊਗਾ। ਮੁੱਖ ਮੰਤਰੀ ਦਫ਼ਤਰ ਦੇ ਵਿੱਚ ਇੱਕ ਮੁੱਖ ਮੰਤਰੀ ਸਹਾਇਤਾ ਕੇਂਦਰ ਜਾਂ ਡੈਸ਼ਬੋਰਡ, ਮੁੱਖ ਮੰਤਰੀ ਡੈਸ਼ਬੋਰਡ ਬਣਾਇਆ ਜਾ ਰਿਹਾ, ਜਿਹਦੇ 'ਚ ਉਹ ਕੰਮ ਸ਼ਾਮ ਤੱਕ ਇੱਥੇ ਆ ਜਾਣਗੇ, ਸੰਬੰਧਿਤ ਡਿਪਾਰਟਮੈਂਟ ਨੂੰ ਭੇਜ ਦਿੱਤੇ ਜਾਣਗੇ, ਅਤੇ ਉਸ ਤੋਂ ਬਾਅਦ ਉਸ ਬੰਦੇ ਨੂੰ ਫੋਨ ਕੀਤਾ ਜਾਊਗਾ ਅਗਲੇ ਦਿਨ ਜਾਂ ਉਸੇ ਦਿਨ ਕਿ ਤੁਹਾਡਾ ਜਿਹੜਾ ਕੰਮ ਸੀਗਾ, ਤੁਸੀਂ ਫਲਾਨੇ ਜ਼ਿਲ੍ਹੇ 'ਚ ਕੱਲ੍ਹ ਗਏ ਸੀ ਦਫ਼ਤਰ 'ਚ ਉੱਥੇ ਮੁੱਖ ਮੰਤਰੀ ਸਹਾਇਤਾ ਕੇਂਦਰ 'ਚ, ਅਤੇ ਉਹ ਜਿਹੜਾ ਕੰਮ ਹੈ ਉਹ ਸੰਬੰਧਿਤ ਵਿਭਾਗ ਨੂੰ ਭੇਜ ਦਿੱਤਾ, ਔਰ 1 ਜਾਂ 2 ਦਿਨਾਂ 'ਚ ਕੰਮ ਹੋ ਜੂਗਾ। ਜੇ ਕੋਈ ਕਾਗਜ਼ ਪੱਤਰ ਦੀ ਲੋੜ ਹੋਈ ਤਾਂ ਉਹਨੂੰ ਦੁਬਾਰਾ ਕਾਲ ਕਰਨਾ, ਮਤਲਬ 10 ਹਫ਼ਤੇ ਦੇ ਵਿੱਚ ਉਹ ਕੰਮ ਹੋਣਾ ਚਾਹੀਦਾ, ਕਾਗਜ਼ ਚਾਹੀਦੇ ਤਾਂ ਵੀ, ਜੇ ਕਾਗਜ਼ ਪੂਰੇ ਨੇ ਤਾਂ ਵੀ, ਨਹੀਂ ਪੂਰੇ ਤਾਂ ਵੀ, ਉਹ ਉਸ ਬੰਦੇ ਨੂੰ ਇੱਕ ਰਿਸਪੋਂਸ ਮਿਲਣਾ ਚਾਹੀਦਾ। ਨੰਬਰ 1 'ਤੇ ਹੋ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ, ਨੰਬਰ 2 'ਤੇ ਹੋ ਗਿਆ ਕਿ ਹਰੇਕ ਜ਼ਿਲ੍ਹੇ ਦੇ ਵਿੱਚ 1 ਮਹੀਨੇ ਦਾ ਪੂਰਾ ਰੋਸਟਰ ਜਾਰੀ ਕਰ ਦਿੱਤਾ ਜਾਊਗਾ, ਹਫ਼ਤੇ 'ਚ 2 ਦਿਨ, ਅੱਜ ਕੱਲ੍ਹ ਉਹ ਸੋਮਵਾਰ ਅਤੇ ਵੀਰਵਾਰ, ਕਿਸੇ ਜ਼ਿਲ੍ਹੇ 'ਚ ਮੰਗਲਵਾਰ ਅਤੇ ਸ਼ੁੱਕਰਵਾਰ, ਕਿਸੇ ਜ਼ਿਲ੍ਹੇ 'ਚ ਬੁੱਧਵਾਰ ਅਤੇ ਸੋਮਵਾਰ, ਕਿ ਇਹਨਾਂ ਪਿੰਡਾਂ ਦੇ ਵਿੱਚ ਇੱਕ ਦਿਨ 'ਚ 4 ਜਾਂ 5 ਪਿੰਡਾਂ ਦੇ ਰੇਡੀਅਸ 'ਚ, ਵੱਡੇ ਪਿੰਡ 'ਚ ਸਪੀਕਰਾਂ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਸਪੀਕਰਾਂ 'ਚ ਵੈਸੇ ਵੀ ਅਨਾਊਂਸਮੈਂਟ ਕਰਾਈ ਜਾਊਗੀ ਕਿ ਇਹਨਾਂ ਪਿੰਡਾਂ ਦੇ ਵਿੱਚ ਜਿੰਨੇ ਵੀ ਕੋਈ ਕੰਮ ਨੇ, ਰਜਿਸਟਰੀਆਂ ਨੇ, ਆਧਾਰ ਕਾਰਡ ਨੇ, ਜਾਤੀ ਪ੍ਰਮਾਣ ਪੱਤਰ ਹੈ, ਜਾਂ ਜਿਹਦੇ ਵਾਸਤੇ ਉਹਨਾਂ ਨੂੰ ਕੰਮ ਜਾਣਾ ਪੈਂਦਾ,
ਇਸ ਪਿੰਡ ਦੇ ਵਿੱਚ 11 ਵਜੇ ਤੋਂ ਲੈ ਕੇ 2 ਵਜੇ ਤੱਕ, 11 ਵਜੇ ਤੋਂ ਲੈ ਕੇ 3 ਵਜੇ ਤੱਕ ਡੀਸੀ ਦਫ਼ਤਰ ਤੋਂ ਸਾਰੇ ਅਧਿਕਾਰੀ ਜਿਹੜੇ ਨੇ ਉਹ ਪਿੰਡ ਦੀ ਫਲਾਨੀ ਸੱਥ ਦੇ ਵਿੱਚ ਬੈਠਣਗੇ, ਆ ਕੇ ਆਪਣਾ ਕੰਮ ਕਰਵਾਓ। ਅਤੇ ਉਹਦੀ ਸਾਰੀ ਜਿਹੜੀ ਵੀਡੀਓ ਹੈ ਉਹ ਮੁੱਖ ਮੰਤਰੀ ਡੈਸ਼ਬੋਰਡ 'ਤੇ ਆਊਗੀ। 2 ਫਿਰ ਜਿਹੜਾ ਡੈਸ਼ਬੋਰਡ ਹੈ ਮੁੱਖ ਮੰਤਰੀ ਦਾ, ਇਹ ਬੜੀ ਯੂਨੀਕ ਗੱਲ ਹੈ, ਇਹ ਪਹਿਲਾਂ ਕਿਸੇ ਸਟੇਟ 'ਚ ਹੋਇਆ ਨਹੀਂ ਇੱਦਾਂ। ਅਸੀਂ ਉਹਦੇ ਹੁਣ ਕਿਉਂਕਿ ਕੋਡ ਲੱਗਣ ਕਰਕੇ ਰੁਕਿਆ ਹੋਇਆ ਸੀ, ਹੁਣ ਅਸੀਂ ਉਹ 'ਚ ਅੱਗੇ ਹੁਣ ਵੱਧ ਰਹੇ ਹਾਂ। ਤਾਂ AI ਦਾ ਇਸਤੇਮਾਲ ਕਰਕੇ ਮੈਂ ਗੱਡੀ ਦੇ ਵਿੱਚ ਜਾਂਦਾ ਤਾਂ ਮੈਂ ਗੱਡੀ ਜਾਂਦਾ ਜਾਂਦਾ ਆਪਣੇ ਆਈਪੈਡ 'ਤੇ ਇਹ ਦੇਖ ਸਕੂੰਗਾ ਕਿ ਕਿਹੜੀ ਤਹਿਸੀਲ ਦੇ ਵਿੱਚ ਹੁਣ ਤੱਕ ਕਿੰਨੀਆਂ ਰਜਿਸਟਰੀਆਂ ਹੋ ਗਈਆਂ, ਤਹਿਸੀਲਦਾਰ ਬੈਠਾ ਜਾਂ ਨਹੀਂ ਬੈਠਾ। ਜੇ ਉਹਨੇ 9:30 ਵਜੇ ਤੋਂ 10:30 ਵਜੇ ਤੱਕ ਤਾਂ 5 ਰਜਿਸਟਰੀਆਂ ਕਰਤੀਆਂ, ਪਰ 12 ਵਜੇ ਤੱਕ ਇੱਕ ਵੀ ਨਹੀਂ ਕੀਤੀ, ਉਦੋਂ ਬਾਅਦ ਮੈਂ ਪਤਾ ਕਰ ਸਕਦਾ ਇਮੀਡੀਏਟਲੀ ਕਿ ਤਹਿਸੀਲਦਾਰ ਉੱਥੇ ਮੌਜੂਦ ਨਹੀਂ ਹੈਗਾ ਜਾਂ ਰਜਿਸਟਰੀਆਂ ਕਰਾਉਣ ਵਾਲੀ ਹੈ ਨਹੀਂ ਕੋਈ। ਯਾਨੀ ਕਿ ਮੇਰੀ ਜਿਹੜੀ ਬਾਜ਼ ਅੱਖ ਹੈ ਉਹ ਸਾਰੇ ਦਫ਼ਤਰਾਂ 'ਤੇ ਰਹੂਗੀ, ਤਾਂ ਕਿ ਮੇਰੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਉਹ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੋਂ ਬਚ ਸਕਣ। ਨੰਬਰ 3, ਦਫ਼ਤਰ ਜਾਂਦੇ ਹਾਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਜਾ ਕੇ ਡੀਸੀ ਦਫ਼ਤਰ ਦੇ ਮੂਹਰੇ ਜਿਹੜੀਆਂ ਕੁਰਸੀਆਂ ਲੱਗੀਆਂ ਉੱਥੇ ਜਾ ਕੇ ਬਹਿ ਜਾਂਦੇ ਹਾਂ, ਘੰਟੇ ਡੇਢ ਘੰਟੇ ਬਾਅਦ ਵਾਰੀ ਆਉਂਦੀ ਹੈ। ਜਦੋਂ ਵਾਰੀ ਆਉਂਦੀ ਹੈ ਡੀਸੀ ਸਾਹਿਬ ਕਹਿੰਦਾ ਤੇਰਾ ਕੰਮ ਤਾਂ ਹੈ ਹੀ ਨਹੀਂ ਇੱਥੇ, ਉਹ ਤਾਂ 2 ਨੰਬਰ ਫਲੋਰ 'ਤੇ 12 ਨੰਬਰ ਕਮਰੇ 'ਚ ਹੋਊਗਾ ਤੇਰਾ ਕੰਮ, ਇਹ ਪਹਿਲਾਂ ਕਿਉਂ ਨਹੀਂ ਦੱਸਿਆ ਜਾਂਦਾ ਉਸ ਬੰਦੇ ਨੂੰ? ਤਾਂ ਇੱਕ ਸਵਾਗਤ ਅਤੇ ਸਹਾਇਤਾ ਕੇਂਦਰ ਜਾਣਸਾਰ ਜਿਹੜਾ ਉਹ ਮਿਲੂਗਾ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ 'ਚ। ਕਿ ਜਿਵੇਂ ਆਪਾਂ ਏਅਰਪੋਰਟ 'ਤੇ ਜਾਂਦੇ ਹਾਂ, ਆਪਾਂ ਟਿਕਟ ਫੜਾ ਦਿੰਦੇ ਹਾਂ ਇਨਫੋਰਮੇਸ਼ਨ ਸੈਂਟਰ 'ਤੇ, ਉਹ ਕਹਿੰਦੇ ਨੇ 34 ਨੰਬਰ 'ਤੇ ਤੁਹਾਡਾ ਜੀ ਚੈੱਕ ਇਨ ਚੱਲ ਰਹੀ ਹੈ, ਤੁਸੀਂ 34 ਨੰਬਰ ਜਿਹੜਾ ਕਾਊਂਟਰ 'ਤੇ ਚਲੇ ਜਾਓ। ਬਿਲਕੁਲ ਇਸੇ ਤਰ੍ਹਾਂ ਹੀ ਕੋਈ ਬੰਦਾ ਆਊਗਾ ਕਚਹਿਰੀ 'ਚ ਜਾਂ DC ਦਫ਼ਤਰ 'ਚ, ਉਹਨੂੰ ਦਿੱਤਾ ਜਾਊਗਾ ਉਸੇ ਵੇਲੇ ਕਿ ਤੇਰਾ ਜਿਹੜਾ ਕੰਮ ਹੈ ਉਹ 1st ਫਲੋਰ 'ਤੇ 14 ਨੰਬਰ ਕਮਰੇ 'ਚ ਹੋਊਗਾ, ਅਤੇ ਤੂੰ ਉੱਥੇ ਚਲਾ ਜਾ, ਅਤੇ ਕੋਈ ਦਿੱਕਤ ਹੋਈ ਤਾਂ ਸਾਨੂੰ ਦੱਸ। ਸੋ ਇੱਕ ਨਵੇਂ ਕਿਸਮ ਦਾ, ਇੱਕ ਨਵੇਂ ਅਲੱਗ ਲੈਵਲ ਦਾ ਜਿਹੜਾ ਨੈਕਸਟ ਲੈਵਲ ਜਿਹੜਾ ਪ੍ਰਸ਼ਾਸਨ ਅਸੀਂ ਉਹ ਦੇਣਾ ਚਾਹੁੰਦੇ ਹਾਂ, ਉਹ ਹੁਣ ਅਸੀਂ ਇਹ ਕੱਲ੍ਹ ਤੋਂ ਹੀ ਲਾਗੂ ਕਰਤਾ। ਇਹਦੇ ਵਾਸਤੇ ਕੋਈ ਇਹ ਨਹੀਂ ਹੈਗਾ ਕਿ ਉਹ ਜਾਣਗੇ ਜਾਂ ਕੋਈ ਟ੍ਰੇਨਿੰਗ ਹੋਊਗੀ, ਕੁਛ ਨਹੀਂ। ਸਿੱਧਾ ਕਹਿਤਾ DC-ਆਂ ਨੂੰ, SSPs ਨੂੰ ਕੱਲ੍ਹ ਨੂੰ ਬੁਲਾਇਆ ਹੋਇਆ, ਪਰ ਉਹਨਾਂ ਨੂੰ ਦੱਸਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ ਜੇ ਕੋਈ ਖੱਜਲ ਖੁਆਰੀ ਹੋਈ, ਜੇ ਕੋਈ ਕਰਪਸ਼ਨ ਹੋਈ ਤਾਂ ਤੁਸੀਂ ਜ਼ਿੰਮੇਵਾਰ ਹੋਵੋਗੇ। ਔਰ ਕਿਸੇ ਵੀ ਕਿਸਮ ਦਾ ਲੋਕਾਂ ਦਾ ਕੰਮ ਇਸ ਤਰ੍ਹਾਂ ਦਾ ਨਾ ਹੋਵੇ, ਕੋਈ ਰੇਅਰੈਸਟ ਆਫ ਰੇਅਰ ਕੇਸ ਹੋਵੇ ਵੀ ਉਹਨੂੰ ਚੰਡੀਗੜ੍ਹ ਆਉਣਾ ਪੈ ਜੇ, ਨਹੀਂ ਤਾਂ ਅਸੀਂ ਮਾਲਵਾ, ਮਾਝਾ, ਦੁਆਬਾ ਉੱਥੇ ਸਾਰੇ DC ਦਫ਼ਤਰਾਂ 'ਚ ਅਤੇ ਵੈਸੇ ਵੀ MLAs ਦੇ ਜਿਹੜੇ ਸਾਰੇ ਦਫ਼ਤਰ ਨੇ ਉਹਨਾਂ ਨੂੰ ਪਾਵਰਫੁੱਲ, ਹੋਰ ਪਾਵਰਫੁੱਲ ਕਰਾਂਗੇ ਕਿ MLA 'ਚ ਕੋਲ ਜਿਹੜੇ ਲੋਕ ਆਉਂਦੇ ਨੇ ਉਹ ਉਹਨਾਂ ਦੇ ਕੰਮ ਉੱਥੇ ਹੀ ਕਰਾ ਸਕੇ। ਜੇ ਚੰਡੀਗੜ੍ਹ ਆਉਣਾ ਵੀ ਪੈ ਰਿਹਾ ਕਿਸੇ ਨਾ ਕਿਸੇ ਕੇਸ 'ਚ, ਤਾਂ ਉਹ ਡਿਪਾਰਟਮੈਂਟ, ਸੰਬੰਧਿਤ ਡਿਪਾਰਟਮੈਂਟ ਉਸੇ ਦਿਨ ਉਹਦਾ ਕੰਮ ਜਿਹੜਾ ਕਰਕੇ ਉਹਨੂੰ ਵਾਪਸ ਕੀਤਾ ਜਾਵੇ। ਸੋ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਸੁਧਾਰ ਜਿਹੜੇ ਨੇ ਉਹਦੇ ਬਾਰੇ ਗੱਲ ਹੋਈ ਹੈ। ਬਾਕੀ ਡਰੱਗ ਕੱਲ੍ਹ ਨੂੰ ਪੁਲਿਸ ਬੁਲਾਈ ਹੋਈ ਹੈ, ਤੁਸੀਂ ਦੇਖ ਰਹੇ ਹੋਵੋਗੇ ਵੱਡੇ ਪੱਧਰ 'ਤੇ ਬਦਲੀਆਂ ਕੀਤੀਆਂ ਜਾ ਰਹੀਆਂ ਨੇ। 500 ਪੁਲਿਸ ਵਾਲਾ ਕੱਲ੍ਹ ਜਲੰਧਰ ਜ਼ਿਲ੍ਹੇ 'ਚ ਬਦਲਿਆ, ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਪਿਛਲੇ 10-10 ਸਾਲ ਤੋਂ ਉੱਥੇ ਹੀ ਪੈ ਗਈਆਂ, ਅਤੇ ਉਹਨਾਂ 'ਤੇ ਪੂਰਾ ਜਿਹੜਾ 2-3 ਮਹੀਨੇ 'ਚ ਅਸੀਂ ਬਣਾਇਆ, ਸਾਡੇ ਕੋਲ ਰੋਸਟਰ ਬਣ ਗਿਆ, ਸਾਰਾ ਹੋਮਵਰਕ ਹੋ ਗਿਆ, ਉਹਦੇ ਮੁਤਾਬਕ ਅਸੀਂ ਹੁਣ ਕੰਮ।
ਅਫਸਰ ਹੋਣਗੇ ਜੀ ਕਿਸ ਲੈਵਲ ਦੇ ਆਈ ਕਿੱਥੇ ਕਹਿੰਦੇ ਤੁਸੀਂ ਡਿਸਟ੍ਰਿਕਟ ਲੈਵਲ ਤੇ ਆਈ ਐਸ ਤੇ ਪੀ ਸੀ ਐਸ ਅਫਸਰ ਹੋਣਗੇ ਜੀ ਐਮ ਐਲ ਏ ਸਾਹਿਬਾਨ ਉੱਥੇ ਜਾਣਗੇ ਜੀ ਸਿਵਲ ਮਾਰਸ਼ਲ ਵੀ ਲਾਵਾਂਗੇ ਜਿਹੜੇ ਜਿਹੜੇ ਕਿ ਆਮ ਲੋਕਾਂ ਨੂੰ ਰੀਪ੍ਰਜੈਂਟ ਕਰਨਗੇ ਜਿਵੇਂ ਤੁਸੀਂ ਦੇਖਦੇ ਹੋਗੇ ਚੰਡੀਗੜ੍ਹ 'ਚ ਪੁਲਿਸ ਦੇ ਨਾਲ ਨਾਲ ਇੱਕ ਸਿਵਲ ਮਾਰਸ਼ਲ ਵੀ ਖੜ੍ਹਦੇ ਆ ਨਾਲ ਸੋ ਇਸ ਤਾਂ ਕਿ ਉਹ ਅਫਸਰਾਂ 'ਤੇ ਵੀ ਚੈੱਕ ਰਵੇ ਅਤੇ ਉਸੇ ਵੇਲੇ ਡਿਪਟੀ ਕਮਿਸ਼ਨਰ ਬੈਠਾ ਉਸੇ ਵੇਲੇ ਉਹ ਬੈਠੇ ਨੇ ਤਾਂ ਡਿਪਟੀ ਕਮਿਸ਼ਨਰ 'ਤੇ ਵੀ ਇਹ ਜ਼ਿੰਮੇਵਾਰੀ ਬਣੂਗੀ ਕਿ ਤੂੰ ਇਹਨਾਂ ਨੂੰ ਵੀ ਕੰਮ ਤੋਂ ਨਹੀਂ ਰੋਕਣਾ ਕਿ ਅਤੇ ਨਾਲ ਇਹ ਹੈ ਵੀ ਆਪ ਵੀ ਉੱਥੇ ਬਹਿਣਾ ਇਹ ਨਾ ਹੋਵੇ ਕਿ ਆਪ ਪਿਛਲੇ ਦਰਵਾਜ਼ੇ ਥਾਈ ਲਾਗੇ ਪਰਮਾਨ ਸਾਹਿਬ ਜਿਵੇਂ ਤੁਸੀਂ ਐਸਐਸਪੀ ਤੇ ਡੀਸੀ ਦਾ ਕਿਹਾ ਵੀ ਜ਼ਿੰਮੇਵਾਰੀ ਫਿਕਸ ਹੋਊਗੀ ਤਾਂ ਫਾਰਮੂਲਾ ਕੀ ਰੁਕ ਕਿਉਂਕਿ ਹੁਣ ਤੱਕ ਕਈ ਵਾਰੀ ਇਹ ਕਹਿ ਤਾਂ ਦਿੱਤੀ ਗਈਆਂ ਪਰ ਹਜੇ ਤੱਕ ਕਿਸੇ ਵੀ ਨਹੀਂ ਅਸੀਂ ਹੁਣ ਬਣਾਇਆ ਅਸਲ 'ਚ ਬਹੁਤ ਬਹੁਤ ਲੋਕਲ ਲੈਵਲ 'ਤੇ ਹੋਮਵਰਕ ਕੀਤਾ ਉਹਨੂੰ ਅਸੀਂ ਲਾਗੂ ਕਰ ਰਹੇ ਹਾਂ ਕਿਉਂਕਿ 3 ਮਹੀਨੇ ਲੰਬਾ ਤਾਂ ਇਲੈਕਸ਼ਨ ਕੋਡ ਹੀ ਹੋ ਗਿਆ ਕੀ ਕਰੀਏ ਹੁਣ ਸੋ ਹੁਣ ਅਸੀਂ ਇਮੀਡੀਏਟਲੀ ਤਾਂ ਹੀ ਇਮੀਡੀਏਟਲੀ ਸਾਰੇ ਅਫਸਰ ਬੁਲਾਏ ਨੇ ਅਤੇ ਕੋਈ ਅਫਸਰਾਂ ਨੂੰ ਵੀ ਕਿਹਾ ਕੋਈ ਤੁਹਾਨੂੰ ਬੰਦਾ ਇਹ ਕਹਿ ਰਿਹਾ ਕੋਈ ਇਲੀਗਲ ਕੰਮ ਕਰਨ ਨੂੰ ਜਾਂ ਕੋਈ ਤੁਹਾਨੂੰ ਇਹ ਕਹਿ ਰਿਹਾ ਆਹ ਕੰਮ ਕਰਕੇ ਦੇਣਾ ਜਾਂ ਕੋਈ ਮੈਂ ਤਹਾਂ ਤੋਂ ਬੋਲਦਾ ਜਾਂ ਮੈਂ ਫਲਾਣੇ ਥਾਂ ਤੋਂ ਬੋਲਦਾ ਉਹ ਨਹੀਂ ਚੱਲੂਗਾ ਜੀ ਸੋ ਇਸ ਕਰਕੇ ਤੁਹਾਡਾ ਕੀ ਸਵਾਲ ਸੀ ਹਾਂ ਸਾਰੀ ਜਿਹੜੀ ਜਿੱਦਕੋ ਝੋਨੇ ਦਾ ਸੀਜ਼ਨ ਚੱਲ ਪਿਆ ਪਹਿਲੀ ਵਾਰ ਹੋਇਆ ਕਿ ਜਿਹੜਾ 60-70% ਦੇ ਨੇੜੇ ਤੇੜੇ ਪਾਣੀ ਨਹਿਰੀ ਜਾ ਰਿਹਾ ਅਤੇ ਕੱਲ੍ਹ ਨੂੰ ਮੈਂ ਜਾ ਰਿਹਾ ਮੈਂ ਘੱਗਰ ਦੇ ਆਲੇ ਦੁਆਲੇ ਦੇ ਪਿੰਡਾਂ 'ਚ ਜਾ ਰਿਹਾ ਕੱਲ੍ਹ ਨੂੰ ਮੈਂ ਮਕਰੋੜ ਸਾਹਿਬ ਜਾਊਂਗਾ ਉੱਥੇ ਹੋਤੀਪੁਰ ਕੁਦਨੀ ਹਾਂਡਾ ਮੰਡਵੀ ਚਾਂਦੂ ਥੇੜੀ ਪਿੰਡ ਜਿਹੜੇ ਹੜ੍ਹਾਂ 'ਚ ਆਮ ਤੌਰ 'ਤੇ ਘੱਗਰ ਦੁਆਰਾ ਮਾਰ ਪੈਂਦੀ ਹੈ ਉੱਥੇ ਮੈਂ ਜਾਊਂਗਾ ਮੈਂ ਵਿਜਿਟ ਕਰਨ ਜਾਊਂਗਾ ਅਤੇ ਕਿਉਂਕਿ ਹਜੇ ਵੀ ਟਾਈਮ ਹੈਗਾ ਕਿ ਬੋਰੀਆਂ ਭਰ ਕੇ ਰੱਖ ਲਈਆਂ ਗਈਆਂ ਨੇ ਪਹਿਲਾਂ ਹੀ ਪ੍ਰਬੰਧ ਕਰ ਲਏ ਗਏ ਨੇ ਜਿਹੜੇ ਬਾਅਦ ਦੇ ਵਿੱਚ ਕਰਦੇ ਹੁੰਦੇ ਹਾਂ ਉਹ ਫੂਹੇ ਆਈ ਜੰਝ ਆਪਣੇ ਪੰਜਾਬੀ 'ਚ ਸਾਡੇ ਜੰਝ ਦੀ ਬਜਾਏ ਜੰਨ ਕਹਿੰਦੇ ਆ ਬੂਹੇ ਆਈ ਜੰਨ ਮੈਨੂੰ ਕੁੜੀ ਦੇ ਕੰਨ ਉਹ ਕੰਮ ਨਹੀਂ ਹੋਣਾ ਚਾਹੀਦਾ ਸੋ ਅਸੀਂ ਪਹਿਲਾਂ ਹੀ ਜਿਹੜਾ ਉਹ ਉਹਦੇ ਪ੍ਰਬੰਧ ਕਰਕੇ ਮਾਝੇ 'ਚ ਵੀ ਮਾਲਵੇ 'ਚ ਦੁਆਬੇ 'ਚ ਕੋਈ ਨਾ ਕੋਈ ਕਿਸੇ ਨਾ ਕਿਸੇ ਪੱਧਰ 'ਤੇ ਹੋ ਜਾਂਦਾ ਹੋਊਗਾ ਕਿਉਂਕਿ ਕੰਮ ਪਾਉਣ ਕੰਮ ਕਰਨ ਦੀ ਆਦਤ ਪਾਉਣ 'ਚ ਥੋੜ੍ਹਾ ਟਾਈਮ ਲੱਗੂਗਾ 75 ਸਾਲ ਹੋ ਗਏ ਠੀਕ ਹੈ ਨਾ ਕਈ ਵਾਰੀ ਇਹੋ ਜਿਹੀਆਂ ਵੀ ਨਹਿਰਾਂ ਨੇ ਜਿਹਨਾਂ 'ਚ ਕਦੇ ਪਾਣੀ ਨਹੀਂ ਆਇਆ ਹੁਣ ਪਾਣੀ ਛੱਡਤਾ ਟੁੱਟ ਗਈਆਂ ਮਤਲਬ ਉਹ ਉਹਨਾਂ ਦੇ ਜਿਹੜੇ ਕਿਨਾਰੇ ਪੋਲੇ ਹੋਏ ਹੋਏ ਕੋਈ ਗੱਲ ਨਹੀਂ ਤਾਂ ਟੁੱਟਣਗੇ ਵੀ ਤਾਂ ਹੀ ਜੇ ਪਾਣੀ ਆਊਗਾ ਨਾ ਸੋ ਕਰ ਲਾਂਗੇ ਠੀਕ ਹੈ ਪ੍ਰਬੰਧ ਕਰ ਲਾਂਗੇ ਪਰ ਕੁਛ ਨਾ ਕੁਛ ਨਵਾਂ ਹੋ ਰਿਹਾ ਅਤੇ ਬਾਕੀ ਪ੍ਰਸ਼ਾਸਨਿਕ ਪੱਧਰ 'ਤੇ ਪੁਲਿਸ ਪੱਧਰ 'ਤੇ ਲੋਕਾਂ ਦੀ ਕੋਈ ਖੱਜਲ ਖੁਆਰੀ ਨਹੀਂ ਹੋਊਗੀ ਜੋ ਅਸੀਂ ਵਾਅਦਾ ਕਰਕੇ ਆਏ ਹਾਂ ਕਿ ਸਰਕਾਰ ਤੁਹਾਡੇ ਦੁਆਰ ਜੋ ਮੈਂ ਜਿਸ ਦਿਨ ਰਿਜ਼ਲਟ ਆਏ ਸੀ 10 ਮਾਰਚ ਨੂੰ ਜੋ ਮੈਂ ਸੰਗਰੂਰ ਉੱਪਰ ਛਾਤੇ ਕਰਕੇ ਕਿਹਾ ਸੀਗਾ ਕਿ ਹੁਣ ਜਿਹੜੀ ਸਰਕਾਰ ਹੈ ਉਹ ਪਿੰਡਾਂ 'ਚੋਂ ਕਸਬਿਆਂ 'ਚੋਂ ਸ਼ਹਿਰਾਂ 'ਚ ਚੱਲੂਗੀ ਉਹ ਅਸੀਂ ਸਾਬਤ ਕਰਨਾ ਪਹਿਲਾਂ ਵੀ ਕਰ ਚੁੱਕੇ ਹਾਂ ਅਸੀਂ ਪਹਿਲਾਂ ਵੀ ਮੈਂ ਪਿੰਡਾਂ 'ਚ ਜਾਂਦਾ ਰਹਿੰਦਾ ਮੈਂ ਹਸਪਤਾਲ ਜਾਂਦਾ ਰਹਿੰਦਾ ਔਰ ਮੇਰੇ ਖਿਆਲ 'ਚ ਜਿੰਨੀ ਵਾਰੀ ਤੁਹਾਨੂੰ ਤੁਹਾਡੇ ਨਾਲ ਮੁਲਾਕਾਤ ਹੋਵੇ ਉਨੀ ਵਾਰੀ ਤਾਂ ਮੇਰੇ ਖਿਆਲ 15 ਸਾਲ 'ਚ ਇਹਨਾਂ ਤਿੰਨ ਦੋਨਾਂ ਤਿੰਨਾਂ ਦਿਨ ਨਹੀਂ ਹੋਈ ਹੋਣੀ ਤੁਸੀਂ ਮੈਨੂੰ ਜਿੱਥੇ ਮਰਜ਼ੀ ਖੜਾ ਲੈਂਦੇ ਹੋ ਕੋਈ ਯੂਟਿਊਬਰ ਵੀ ਹੋਵੇ ਭਾਵੇਂ ਮੈਂ ਕੋਈ ਚੈਨਲ ਦਾ ਨਾਮ ਨਹੀਂ ਦੇਖਦਾ ਕਿ ਵੱਡਾ ਛੋਟਾ ਮੈਂ ਕੋਈ ਵੀ ਚਾਹੇ ਤੁਸੀਂ ਤੁਹਾਡੇ 'ਚੋਂ ਕੋਈ ਇਨਫੋਰਮੇਸ਼ਨ ਤੁਹਾਡੇ ਕੋਲੋਂ ਵੀ ਬਹੁਤ ਸਾਰੀ ਮਿਲ ਸਕਦੀ ਹੈ ਤੁਹਾਡੇ ਸਵਾਲ 'ਚੋਂ ਮੈਨੂੰ ਬਹੁਤ ਕੁਛ ਕਈ ਵਾਰੀ ਸਿੱਖਣ ਨੂੰ ਮਿਲ ਸਕਦਾ ਸੋ ਸਾਰਿਆਂ ਨੇ ਇਕੱਠਿਆਂ ਨੇ ਇਹ ਕਰਨਾ ਔਰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦਾ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਕਰਨਾ ਜਿਹੜਾ ਤੁਸੀਂ ਕਹਿ ਰਹੇ ਸੀ ਕਿ ਇਸ ਤਰ੍ਹਾਂ ਦਾ ਹਜੇ ਕਿਉਂਕਿ ਸਾਰੇ ਜਿਹੜੇ ਅਫਸਰ ਸੀਗੇ ਉਹ ਇਲੈਕਸ਼ਨ ਦੀਆਂ ਡਿਊਟੀਆਂ 'ਚ ਬਿਜ਼ੀ ਸੀਗੇ ਸੋ ਇਸ ਤਰ੍ਹਾਂ ਦਾ ਹੁਣ ਕੋਈ ਕਿਉਂਕਿ ਹੁਣ ਤਾਂ ਸਾਰਾ ਸੀਜ਼ਨ ਹੀ
ਮਤਲਬ 10 ਦਿਨ ਦਾ ਪੀਕ ਸੀਜ਼ਨ ਰਹਿ ਗਿਆ ਅਤੇ 15 ਜੂਨ ਤੋਂ ਇਸ ਵਾਰ ਅਸੀਂ ਤਾਂਹੀਓ ਇੱਕੋ ਹੀ ਤਰੀਕ ਦਿੱਤੀ ਹੈ ਝੋਨਾ ਲਾਉਣ ਦੀ, ਕਿਉਂਕਿ ਬਿਜਲੀ ਸਾਡੇ ਕੋਲ ਆਮ ਹੈ, ਬਿਜਲੀ ਦੀ ਕੋਈ ਕਮੀ ਨਹੀਂ, ਠੀਕ ਹੈ ਨਾ। ਹਾਂ, ਲੋਕਲ ਫਾਲਟ ਕਿਤੇ ਹੋ ਸਕਦਾ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਇਸ ਕਰਕੇ ਹੋ ਸਕਦਾ ਕਿਤੇ ਕੋਈ ਟਰਾਂਸਫਾਰਮਰ ਜਾਂ ਕੋਈ ਗ੍ਰਿਡ ਦੀ ਕੋਈ ਲੋਕਲ ਫਾਲਟ ਹੋ ਜਾਵੇ, ਅਦਰਵਾਈਜ਼ ਕੋਈ ਇੱਦਾਂ ਦੀ ਪ੍ਰੋਬਲਮ ਨਹੀਂ। ਨੀਟ ਪ੍ਰੀਖਿਆ ਕੋ ਲੈ ਕੇ ਕੱਲ ਆਮ ਆਦਮੀ ਪਾਰਟੀ ਪੂਰੇ ਦੇਸ਼ ਮੇਂ ਪ੍ਰਦਰਸ਼ਨ ਕਰਨ ਵਾਲੇ, ਪੰਜਾਬ ਮੇਂ ਵੀ ਹੋਗਾ, ਨੀਟ ਪ੍ਰੀਖਿਆ ਮੇਂ ਜਿਤਨੀ ਗੜਬੜੀ ਹੋਈ ਹੈ। ਦੇਖੋ ਇਹਨੂੰ, ਦੇਖੋ ਇਸ ਪੇਪਰ ਲੀਕ ਦਾ ਮਤਲਬ ਤੁਸੀਂ ਇੱਕ ਬੱਚੇ ਦਾ ਫਿਊਚਰ ਖਤਮ ਕਰਤਾ। ਇੱਕ ਬੱਚਾ ਸਵੇਰੇ 3:30 ਵਜੇ ਦਾ ਅਲਾਰਮ ਲਾ ਕੇ ਪੜ੍ਹਦਾ ਉੱਠ ਕੇ, ਅਤੇ ਰਾਤ ਦੇ 12-12 ਵਜੇ ਤੱਕ ਪੜ੍ਹਦਾ, ਅਤੇ ਉਹਨੂੰ ਇਹ ਹੁੰਦਾ ਮੇਰੀ ਕਿਤਾਬ ਜਿਹੜੀ ਹੈ ਮੇਰਾ ਫਿਊਚਰ ਬਦਲ ਦੂਗੀ, ਮੇਰੇ ਫੈਮਿਲੀ ਦਾ ਫਿਊਚਰ ਬਦਲ ਦੂਗੀ। ਅਚਾਨਕ ਤੁਹਾਨੂੰ ਪਤਾ ਲੱਗੇ ਕਿ ਇੱਕ ਬੱਚੇ ਨੂੰ 2-4 ਘੰਟੇ ਪਹਿਲੇ ਹੀ ਪੇਪਰ ਦਾ ਪਤਾ ਲੱਗ ਗਿਆ, ਅਤੇ ਉਹਨੇ ਫਿਰ ਉਹ ਪੇਪਰ ਜਿਹੜਾ ਕਰਤਾ ਜਾਂ ਉਹਨੂੰ ਗ੍ਰੇਸ ਮਾਰਕ ਮਿਲ ਗਏ, ਇਹ ਤਾਂ ਚੰਗਾ ਨਹੀਂ ਗੱਲ। ਦੇਖੋ ਟੈਲੈਂਟ ਦਾ ਜਿਹੜਾ ਟੈਸਟ ਹੈ ਉਹ ਜੇ ਟੈਸਟ ਹੋ ਰਿਹਾ ਤਾਂ ਟੈਸਟ ਜਿਹੜਾ ਉਸ ਤਰ੍ਹਾਂ ਦਾ ਹੋਵੇ ਕਿ ਲੈਵਲ ਫੀਲਡ ਮਿਲਣਾ ਚਾਹੀਦਾ। ਪੇਪਰ ਮਤਲਬ ਮੈਂ ਗੁਜਰਾਤ ਜਦੋਂ ਜਾਂਦਾ ਸੀ ਉਦੋਂ ਮੈਨੂੰ ਬਹੁਤ ਸ਼ਿਕਾਇਤਾਂ ਆਉਂਦੀਆਂ ਸੀ, ਜਦੋਂ ਗੁਜਰਾਤ ਜਾਂਦੇ ਉਹਨੂੰ ਕਹਿੰਦੇ ਪੇਪਰ ਫੂਟਾ, ਔਰ ਬੱਚੇ ਜਿਹੜੇ ਨੇ ਸਾਨੂੰ ਨਾਰੇ ਤਖਤੀਆਂ 'ਤੇ ਲਿਖ ਕੇ ਦਿਖਾਉਂਦੇ ਹੁੰਦੇ ਸੀ, ਪੇਪਰ ਫੂਟਾ ਸਪਨਾ ਟੂਟਾ, ਮਤਲਬ ਸੁਪਨੇ ਤੋੜਨ ਵਾਲੀ ਗੱਲ ਹੈ। ਔਰ ਸਰਕਾਰ ਨੇ ਆਉਣ ਸਾਰ ਬਿਆਨ ਦਿੱਤਾ ਕੋਈ ਪੇਪਰ ਨਹੀਂ ਲੀਕ ਹੋਇਆ ਜੀ, ਅਤੇ ਉਹ ਵਿਚਾਰੇ ਫਿਰਦੇ ਆ। ਮੈਨੂੰ ਤਾਂ ਇਸ ਗੱਲ ਦੀ ਵੀ ਦੁੱਖ ਹੋਇਆ ਕਿ ਜਿਹੜੇ ਬੱਚਿਆਂ 'ਤੇ ਜ਼ਿੰਮੇਵਾਰੀ ਦਾ ਜਿਹੜਾ ਅੱਗੇ ਪੜ੍ਹਨਾ ਹੈ, ਪੜ੍ਹ ਕੇ ਅਫਸਰ ਬਣਨਾ, ਡਾਕਟਰ ਬਣਨਾ, ਉਹ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਹਦੀ ਬਜਾਏ ਉਹ ਤਾਂ ਵਿਚਾਰੇ ਵਕੀਲ ਕਰਦੇ ਫਿਰਦੇ ਆ, ਉਹ ਤਾਂ ਕਚਹਿਰੀਆਂ 'ਚ ਫਿਰਦੇ ਧੱਕੇ ਖਾਂਦੇ। ਸੋ ਇਹ ਨਹੀਂ ਹੋਣਾ ਚਾਹੀਦਾ, ਔਰ ਲੈਵਲ ਫੀਲਡ ਮਿਲਣਾ ਚਾਹੀਦਾ। ਇਸ ਕਰਕੇ ਅਸੀਂ ਇਹ ਪੇਪਰ ਲੀਕ ਦਾ ਜਿਹੜਾ ਵਿਰੋਧ ਕਰਦੇ। ਪੰਜਾਬ 'ਚ ਹੋਇਆ ਸੀ ਪਹਿਲਾਂ ਇੱਕ ਵਾਰੀ ਨਾਇਬ ਤਹਿਸੀਲਦਾਰ ਦਾ, ਅਸੀਂ ਸਾਰਾ ਪੇਪਰ ਕੈਂਸਲ ਕਰਕੇ ਦੁਬਾਰਾ ਲਿਆ, ਉਹ ਬੱਚੇ ਜਿਹੜੇ ਅਸਲੀ ਬੱਚੇ ਸੀ ਉਹ ਬੱਚੇ ਫਿਰ ਅੱਗੇ ਆ ਗਏ, ਔਰ ਜਿਹੜੇ ਪਹਿਲਾਂ ਫਸਟ ਆਏ ਸੀ ਉਹ ਕਿਤੇ ਨੇੜੇ ਤੇੜੇ ਵੀ ਨਹੀਂ। ਦੇਖੋ ਜੀ, ਮੈਂ ਹਜੇ ਕੋਈ ਕੋਠੀ ਨਹੀਂ ਲਈ, ਪਰ ਹਾਂ ਮੈਂ ਸੰਗਰੂਰ ਵੀ ਕਿਰਾਏ 'ਤੇ ਰਹਿਣਾ, ਜਲੰਧਰ ਵੀ ਕਿਰਾਏ 'ਤੇ ਕੋਠੀ ਘਰ ਲੈ ਲਾਂਗੇ, ਪਰ ਉਹ ਇਕੱਲੇ ਐਂ ਨਹੀਂ ਹੈਗਾ ਕਿ 10 ਜੁਲਾਈ ਤੱਕ ਲਵਾਂਗੇ, ਫਿਰ ਉਹਨੂੰ ਉੱਧਰਲੇ ਏਰੀਏ ਦਾ ਦਫ਼ਤਰ ਹੀ ਬਣਾ ਲਾਂਗੇ ਜੀ। 7 ਦਿਨ ਹਫ਼ਤੇ ਦੇ ਹੁੰਦੇ ਨੇ, 2 ਦਿਨ ਜਲੰਧਰ ਲਾਇਆ ਕਰਾਂਗੇ, 3 ਦਿਨ ਜਲੰਧਰ ਲਾਇਆ ਕਰਾਂਗੇ, 4 ਦਿਨ ਇਸੇ ਕੰਮ 'ਤੇ ਹੀ ਹੈ ਜੀ ਹੁਣ, ਠੀਕ ਹੈ ਨਾ। ਮੈਂ ਤਾਂ ਕੋਈ ਕਿਸੇ ਖੱਡਾਂ 'ਚ ਤਾਂ ਹਿੱਸਾ ਪਾਉਣਾ ਨਹੀਂ, ਕਿਸੇ ਠੇਕਿਆਂ 'ਚ ਹਿੱਸਾ ਨਹੀਂ ਪਾਉਣਾ, ਕਿਸੇ ਹਵੇਲੀਆਂ 'ਚ ਹਿੱਸਾ ਨਹੀਂ ਪਾਉਣਾ, ਪਰ ਹਾਂ ਪਾਉਣਾ ਹਿੱਸਾ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹੀ ਪਾਉਣਾ। ਔਰ ਜਿੰਨਾ ਵੀ ਲੋਕਾਂ ਨੇ ਇਸ ਇਲੈਕਸ਼ਨ 'ਚ ਜਿੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਧੰਨਵਾਦ, ਮੇਰੇ ਸਿਰ ਮੱਥੇ ਸਾਰਾ ਫਤਵਾ। ਕਮੀ ਸਾਡੇ ਵਾਲੇ ਪਾਸਿਓ ਭਾਵੇਂ ਕੋਈ ਰਹਿ ਗਈ ਹੋਵੇ, ਲੋਕਾਂ ਵਾਲੇ ਪਾਸਿਓ ਕੋਈ ਕਮੀ ਨਹੀਂ ਰਹੀ, ਅਤੇ ਜਦੋਂ ਵੀ ਹਾਂ ਜਿਹਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ। ਕੁਛ ਜਗ੍ਹਾ ਤੋਂ ਕਮੀਆਂ ਜਿਹੜੀਆਂ ਸਾਹਮਣੇ ਆਈਆਂ, ਜਿਵੇਂ ਅੱਜ ਅਸੀਂ ਮੀਟਿੰਗ ਬੁਲਾਈ ਹੈ, ਇਸ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਹੂਗਾ ਤਾਂ ਕਿ ਜਿਹੜੀਆਂ ਕੋਈ ਕਮੀਆਂ ਰਹੀਆਂ ਉਹ ਸੁਝਾਅ ਜਿਹੜੇ ਆਏ ਨਵੇਂ ਮੇਰੇ ਕੋਲ, ਲਗਭਗ ਇੱਦੋਂ ਵੱਡਾ ਹੋਊਗਾ ਉਹ ਥੱਬਾ ਜਿਹੜਾ ਮੰਗ ਪੱਤਰਾਂ ਦਾ ਜਿਹੜਾ ਮੈਂ ਫੜਿਆ, ਜਿਹੜਾ ਮੈਂ ਜਦੋਂ ਰੋਡ ਸ਼ੋਅ 'ਤੇ ਜਾਂਦਾ ਸੀਗਾ ਤਾਂ ਰਸਤੇ 'ਚ ਲੈ ਕੇ ਖੜ੍ਹ ਜਾਂਦਾ ਸੀ, ਮੈਂ ਉਹ ਮੰਗ ਪੱਤਰ ਫੜ ਲੈਂਦਾ ਸੀ। ਮੈਨੂੰ ਬਹੁਤ ਸਾਰਾ, ਸ਼ਾਇਦ ਉਹ ਮੰਗ ਪੱਤਰ ਮੇਰੇ ਤੱਕ ਵੈਸੇ ਨਾ ਪਹੁੰਚਦੇ, ਅਧਿਕਾਰੀ ਕਈ ਵਾਰੀ ਆਲੋਚਨਾ ਨੂੰ ਵੀ ਤਾਰੀਫ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ, ਪਰ ਮੈਂ ਉਦਾਂ ਦਾ ਨਹੀਂ ਸਿੱਧਾ ਹੀ ਕੰਟੈਕਟ ਨਹੀਂ। ਦੇਖੋ ਜੀ, ਨਸ਼ੇ ਵਿਰੁੱਧ ਤਾਂ ਇੱਕ ਪੂਰਾ ਸਮਾਜਿਕ ਲਹਿਰ ਬਣਾਉਣੀ ਪਊਗੀ, ਜੋ ਕਿ ਹੁਣ ਤੁਹਾਨੂੰ ਹੁਣ ਲੱਗ, ਕਿਉਂਕਿ ਅਸੀਂ ਬਹੁਤ ਉਨ੍ਹਾਂ ਚਿਰ ਅਸੀਂ ਇਹ ਨਹੀਂ ਕਿ ਇਕੱਲਾ ਵੋਟਾਂ ਮੰਗ ਗਏ, ਅਸੀਂ ਮੈਂ ਨਾਲ ਮੀਟਿੰਗਾਂ ਕਰਦਾ ਸੀ ਅਫਸਰਾਂ ਦੀਆਂ ਕਿ ਇਸ ਇਲਾਕੇ 'ਚੋਂ ਖਬਰਾਂ ਨੇ ਪਤਾ ਕਰੋ ਕਿਸ ਲੈਵਲ 'ਤੇ ਨਸ਼ਾ ਵਿਕ ਰਿਹਾ ਹੈ। ਜਿਹੜੇ ਲੋਕਲ ਨੇ, ਜਿਹੜੇ ਪਿੰਡ 'ਚ ਨਸ਼ਾ ਵੇਚਣ ਆਉਂਦੇ ਨੇ, ਉਹਨਾਂ ਨੂੰ ਲੋਕ ਜਾਣਦੇ ਨੇ, ਪਰ ਕਈ ਜਗ੍ਹਾ 'ਤੇ ਇਹ ਵੀ ਹੈ ਕਿ ਲੋਕ ਫੜਾਉਂਦੇ ਨੇ, ਜਿਹੜੇ ਫੜਾਉਂਦੇ ਨੇ ਉਹ ਬਾਅਦ 'ਚ ਆਉਂਦੇ ਨੇ,
ਜਿਹਨੂੰ ਫੜਾ ਕੇ ਉਹਦੇ ਨੂੰ ਪਹਿਲਾਂ ਆ ਕੇ ਬੈਠਾ ਹੁੰਦਾ। ਸੋ ਇਹ ਜਿਹੜੀਆਂ ਯਾਰੀਆਂ ਰਿਸ਼ਤੇਦਾਰੀਆਂ ਨੇ ਇਹਨਾਂ ਨੂੰ ਤੋੜ ਕੇ ਨੈਕਸਸ ਇਹ ਦੁਬਾਰਾ ਕਰਨਾ ਪਊਗਾ। ਹਾਂ, ਨਾਲ ਮੈਡੀਕਲ ਅਤੇ ਨਾਲ ਜਿਹੜਾ ਮਾਨਸਿਕ ਤੌਰ 'ਤੇ ਸਾਈਕੈਟ੍ਰਿਸਟ ਰੱਖ ਕੇ ਉਹਨਾਂ ਦੀ ਕੌਂਸਲਿੰਗ ਕਰਨੀ ਪਊ ਬੱਚਿਆਂ ਦੀ, ਜਿਹੜੇ ਜਿਹੜੇ ਡਰੱਗ ਦੇ ਵਿੱਚ ਆ ਗਏ ਉਹਨਾਂ ਨੂੰ ਤਾਂ ਮੈਂ ਮਰੀਜ਼ ਮੰਨਦਾ, ਉਹਨੂੰ ਮੈਂ ਪੇਸ਼ੈਂਟ ਕਹੂੰਗਾ, ਮੈਂ ਉਹਨਾਂ ਨੂੰ ਐਡਿਕਟਰ ਨਹੀਂ ਕਹਿੰਦਾ। ਸੋ ਉਹਨਾਂ ਨੂੰ ਵੀ ਠੀਕ ਕਰਾਂਗੇ ਅਤੇ ਕੋਈ ਐਸੀ ਗੱਲ ਨਹੀਂ। ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ। ਪਾਤਰ ਸਾਹਿਬ ਦਾ ਸ਼ੇਰ ਹੈ, ਕੀ ਹੋਇਆ ਜੇ ਪਤ ਚੜ੍ਹਾਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਆਪਾਂ ਕਲਮੇ ਲੱਭ ਲਾਂਗੇ ਪੰਜਾਬ ਨੂੰ ਰੰਗਲਾ ਬਜਾਉਣ ਦੇ ਬਣਾਉਣ ਦੇ, ਪਰ ਆਪਾਂ ਨੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਮਾਨ ਸਾਹਿਬ, ਹਰਿਆਲੀ ਨੂੰ ਬਚਾਉਣ ਦੇ ਲਈ ਜੇਕਰ ਪੰਚਾਇਤਾਂ ਤੱਕ ਕੋਈ ਅਜਿਹਾ ਉਪਰਾਲਾ ਕੀਤਾ ਜਾਵੇ, ਕੋਈ ਪੰਚਾਇਤਾਂ ਜ਼ਮੀਨ 'ਤੇ ਰੁੱਖ ਲਗਵਾ ਦੇ, ਜੰਗਲ ਬਣਾ ਦੇ, ਅਸੀਂ ਇਹਦੇ 'ਤੇ ਵੀ ਕਰ ਰਹੇ, ਇਹਦੇ 'ਤੇ ਵੀ ਕਰ ਰਹੇ ਹਾਂ ਕਿ ਘੱਟੋ ਘੱਟ ਜਿੱਥੇ ਇੱਕ ਕਨੈਕਸ਼ਨ ਹੈ ਉੱਥੇ ਅਪੀਲ ਕਰ ਰਿਹਾ ਮੈਂ, ਕੋਈ ਮੈਂ ਇਹ ਨਹੀਂ ਕਰ ਰਿਹਾ, ਉਹ ਆਰਡਰ ਕਰਤਾ ਮੈਂ ਕਿ ਜਿੱਥੇ ਟਿਊਬਵੈੱਲ ਚੱਲਦਾ ਉੱਥੇ ਘੱਟੋ ਘੱਟ ਦੋ ਚਾਰ ਦਰੱਖਤ ਤਾਂ ਹੋਣ। ਆਪਾਂ ਤਾਂ ਇਹ ਸਮਝਣ ਲੱਗ ਗਏ ਪਤਾ ਨਹੀਂ ਦਰੱਖਤ ਸਾਡੇ ਦੁਸ਼ਮਣ ਨੇ। ਸੋ ਅੱਜ ਹਾਲਾਤ ਇਹ ਨੇ, ਦੁਬਈ ਦਾ ਟੈਂਪਰੇਚਰ 37 ਡਿਗਰੀ ਹੈ, ਪੰਜਾਬ ਦਾ ਟੈਂਪਰੇਚਰ 50 ਡਿਗਰੀ ਹੈ, ਕਿਉਂਕਿ ਉਹਨਾਂ ਨੇ ਦਰੱਖਤ ਲਾਏ ਨੇ, ਅਸੀਂ ਦਰੱਖਤਾਂ ਨੂੰ ਅੱਗ ਲਾਈ ਹੈ। ਆਹ ਨਵਾਂ ਚੱਲ ਪਿਆ ਹੁਣ, ਮਤਲਬ ਕਣਕ ਦੇ ਨਾੜ ਨੂੰ ਵੀ ਅੱਗ ਲਾਉਣ ਲੱਗ ਗਏ, ਉਹਦੇ ਨਾਲ ਕੀ ਹੈ ਸੜਕਾਂ ਦੇ ਨੇੜੇ ਤੇੜੇ ਵਾਲਾ ਜਿਹੜੇ ਸਾਰੇ ਦਰੱਖਤ ਨੇ ਉਹ ਇੱਕ ਵਾਰੀ ਝੁਲਸੇਗੇ, ਇੱਕ ਵਾਰੀ ਝੁਲਸੇਗੇ ਤਾਂ ਫਿਰ ਦੁਬਾਰੇ ਉਹ ਵਾਪਸ ਵੀ। ਪਰ ਹਾਂ, ਇਹ ਹੈ ਕਿ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਦੱਸਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਇਹ ਵਚਨ 'ਤੇ ਵੀ ਸਾਨੂੰ ਥੋੜ੍ਹਾ ਬਹੁਤ ਪੂਰਾ ਉਤਰਨ ਦੀ ਲੋੜ ਹੈ। ਸਰਕਾਰ ਵੱਲੋਂ ਕੋਈ ਅਸੀਂ ਕਮੀ ਨਹੀਂ ਰਹਿਣ ਦੇਵਾਂਗੇ ਕਿ ਇਸ ਪੱਖੋਂ ਜੀ ਸਰਕਾਰ ਕਿਧਰੇ ਹੋਰ ਸੀ, ਆਮ ਲੋਕ ਮੈਂ ਕਹਿੰਦਾ ਜੇ ਕੋਈ ਸਾਡੇ ਕੋਲ ਬਾਬਾ ਸੀਚੇਵਾਲ ਜੀ ਸਾਡੇ ਸਭਾ ਦੇ ਮੈਂਬਰ ਨੇ, ਅੱਜ ਕੱਲ੍ਹ ਤਾਂ 5-5 ਫੁੱਟ ਦੇ 10-10 ਫੁੱਟ ਦੇ ਜਿਹੜੇ ਨੇ ਬੂਟੇ ਮਿਲ ਜਾਂਦੇ ਨੇ ਨਰਸਰੀਆਂ 'ਚੋਂ, ਯਾਨੀ ਕਿ ਚੱਕ ਕੇ ਲਾਉਣੇ ਹੀ ਨੇ ਕਿਸੇ ਅਵਾਰਾ ਪਸ਼ੂ ਦਾ ਜਾਂ ਕਿਸੇ ਦਾ ਹੋਰ ਦਾ, ਜਾਂ ਕੋਈ ਟ੍ਰੀ ਗਾਰਡ ਲਾਉਣ ਦੀ ਵੀ ਲੋੜ ਨਹੀਂ ਪੈਂਦੀ। ਸੋ ਫਿਰ ਵੀ ਜੇ ਆਪਾਂ ਪੰਜਾਬ ਨੂੰ ਆਪਾਂ ਕਲਰ ਮਤਲਬ ਬਣਾਉਣਾ ਤਾਂ ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਕਿ ਜਿਹੜਾ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਹੋਰ ਜ਼ਿਆਦਾ ਨੀਚੇ ਜਾ ਰਿਹਾ, ਅਤੇ ਮੈਂ ਕੋਸ਼ਿਸ਼ ਇਹੀ ਕਰ ਰਿਹਾ, ਬੇਨਤੀ ਕਰ ਰਿਹਾ ਕਿ ਨਹਿਰਾਂ ਦਾ ਪਾਣੀ ਵਰਤ ਲਓ। ਅਸੀਂ ਨਹਿਰਾਂ ਵਾਲੇ ਪਾਣੀ ਨੂੰ ਬਹੁਤ ਵੱਡੇ ਪੱਧਰ 'ਤੇ ਅਸੀਂ ਲੱਗੇ ਹੋਏ ਹਾਂ ਕਿ ਨਹਿਰਾਂ ਵਾਲਾ ਪਾਣੀ ਜਿਹੜਾ ਉਹ ਚਲਾ ਜਾਵੇ ਖੇਤਾਂ ਤੱਕ, ਤਾਂ ਕਿ ਟਿਊਬਵੈੱਲ ਨਾ ਚਲਾਉਣਾ ਪਵੇ, ਠੀਕ ਹੈ ਨਾ। ਸੋ ਲੱਗੇ ਤਾਂ ਹੋਏ ਹਾਂ, ਬਾਕੀ ਅੱਗੇ ਲੋਕ ਨੇ ਪਬਲਿਕ ਦੇਖੋ ਪਤਾ ਕੀ, ਕਈ ਵਾਰੀ ਨਾ ਕਈ ਵਾਰੀ ਸਾਨੂੰ ਗਲਤ ਫਹਿਮੀਆਂ ਵੀ ਹੋ ਜਾਂਦੀਆਂ ਨੇ ਕਿ ਪਤਾ ਨੀ ਜੇ ਆਹ ਦਰਖਤ ਲੱਗ ਗਿਆ ਧਰਤੀ 'ਚੋਂ ਪਾਣੀ ਖਾ ਜੂਗਾ, ਇਹ ਤਾਂ ਸਾਡੀ ਫਸਲ ਨਹੀਂ ਹੋਣ ਦੇਊਗਾ। ਇਸ ਤਰ੍ਹਾਂ ਦਾ ਅੱਜ ਕੱਲ੍ਹ ਕੋਈ ਪ੍ਰੋਬਲਮ ਨਹੀਂ ਹੈ। ਆਪਣੇ ਯੂਨੀਵਰਸਿਟੀ ਹੈ ਆਪਣੇ ਕੋਲ, ਆਪਣੇ ਕੋਲ ਇੰਨਾ ਵਧੀਆ ਵਾਤਾਵਰਨ ਨੂੰ ਬਚਾਉਣ ਵਾਲੇ ਪ੍ਰੇਮੀ ਨੇ, ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਅੱਜ ਵੀ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਬਹੁਤ ਸਾਰੇ ਪਿੰਡਾਂ ਦੇ ਪਿੰਡ ਨੇ ਜਿੱਥੇ ਜਿਹੜੇ ਨੇ ਉਹ ਹਰਿਆਲੀ ਵਾਸਤੇ ਮਤਲਬ ਐਫਰਟ ਕਰਦੇ ਰਹਿੰਦੇ, ਆਪਦੇ ਵੱਲੋਂ ਕਰਦੇ ਰਹਿੰਦੇ, ਕੋਈ NRI ਸਹਾਇਤਾ ਕਰਦਾ, ਕੋਈ ਕਿਵੇਂ ਕਰਦਾ। ਪਰ ਮੈਨੂੰ ਲੱਗਦਾ ਮੈਂ ਉਮੀਦ ਰੱਖਣ ਵਾਲਾ ਬੰਦਾ, ਮੈਂ ਪੋਜ਼ਿਟਿਵ ਐਟੀਟਿਊਡ ਵਾਲਾ ਬੰਦਾ, ਮੈਨੂੰ ਉਮੀਦ ਹੈ ਕਿ ਪੰਜਾਬ ਜਿਹੜਾ ਦੁਬਾਰੇ ਜੇ ਰੰਗਲਾ ਬਣੂਗਾ ਤਾਂ ਉਸ ਰੰਗਲੇ ਪੰਜਾਬ ਦੇ ਵਿੱਚ ਹਰਾ ਵੀ ਰੰਗ।